ਸਤਿ ਸ਼੍ਰੀ ਅਕਾਲ ਦੋਸਤੋ, ਇੱਕ ਵਾਰੀ ਤੁਹਾਡਾ ਫਿਰ ਤੋਂ ਸਵਾਗਤ ਹੈ ਜੀ ਦੁਪਹਿਰ ਦੀਆਂ ਤਾਜ਼ਾ ਖਬਰਾਂ ਦੇ ਵਿੱਚ। ਅਤੇ ਮੈਂ ਹਾਂ ਤਰਸੇਮ ਸਿੰਘ ਮਠਾੜੂ, ਅਤੇ ਆਪਾਂ ਗੱਲਬਾਤ ਕਰਾਂਗੇ ਦੇਸ਼ ਵਿਦੇਸ਼ ਦੀਆਂ ਵੱਡੀਆਂ ਖਬਰਾਂ ਦੀ। ਅਤੇ ਖਬਰਾਂ ਨੂੰ ਸ਼ੁਰੂ ਕਰਤਾ ਪਹਿਲਾਂ ਇੱਕ ਵਾਰੀ ਨਜ਼ਰ ਮਾਰ ਲੈਂਦੇ ਹਾਂ ਚੋਣਵੀਆਂ ਖਬਰਾਂ 'ਤੇ। ਪਹਿਲੀ ਚੋਣਵੀ ਖਬਰ ਹੈ ਜੀ ਕਿ ਪ੍ਰਕਾਸ਼ ਸਿੰਘ ਬਾਦਲ ਦੇ ਇਤਰਾਜ਼ ਤੋਂ ਬਾਅਦ ਸਿੰਗਲਾ ਨੇ SIT ਚੋਂ ਦਿੱਤਾ ਅਸਤੀਫਾ। ਦੇਸ਼ ਭਰ ਵਿੱਚ ਕਿਸਾਨਾਂ ਦਾ ਪ੍ਰਦਰਸ਼ਨ, ਅੱਜ ਚੰਡੀਗੜ੍ਹ ਕੂਚ ਕਰਨਗੇ 32 ਸੰਗਠਨ। ਐਤਵਾਰ ਨੂੰ ਮੁਕੰਮਲ ਕਰਫਿਊ ਸਮੇਤ ਪੰਜਾਬ ਵਿੱਚ ਪਾਬੰਦੀਆਂ 30 ਜੂਨ ਤੱਕ ਵਧੀਆਂ। ਹੀਰੋ ਇਲੈਕਟ੍ਰਿਕ ਨੇ ਆਪਣੇ ਲੋਕਪ੍ਰਿਯ ਮਾਡਲਾਂ ਦੀਆਂ ਕੀਮਤਾਂ 33% ਤੱਕ ਘਟਾਈਆਂ। ਪੈਟਰੋਲ ਡੀਜ਼ਲ ਦੀਆਂ ਕੀਮਤਾਂ ਸੰਬੰਧੀ ਵੱਡੀ ਖਬਰ, 4 ਤੋਂ 5 ਰੁਪਏ ਤੱਕ ਦੀ ਹੋ ਸਕਦੀ ਹੈ ਕਟੌਤੀ, ਰਿਪੋਰਟ ਵਿੱਚ ਦਾਅਵਾ। ਜਾਣੋ ਕਿਹੜੇ ਕਿਹੜੇ ਸੂਬੇ 'ਚ ਸਾਹਮਣੇ ਆਏ ਕੋਰੋਨਾ ਦੇ ਡੈਲਟਾ ਪਲੱਸ ਵੈਰੀਅੰਟ ਦੇ ਮਾਮਲੇ। ਸਿਰਫ 1,099 ਰੁਪਏ ਵਿੱਚ ਕਰੋ ਹਵਾਈ ਜਹਾਜ਼ ਦੀ ਯਾਤਰਾ। ਚੰਡੀਗੜ੍ਹ ਵਿੱਚ ਹੋ ਗਿਆ ਸੀਲ, ਕਿਸਾਨਾਂ ਦੇ ਮਾਰਚ ਕਰਕੇ ਪ੍ਰਸ਼ਾਸਨ ਨੂੰ ਭਾਜਣਾ। ਪੰਜਾਬ ਲਈ ਖਤਰੇ ਦੀ ਘੰਟੀ, ਹੋਰ ਡੂੰਘਾ ਹੋਇਆ ਬਿਜਲੀ ਸੰਕਟ। 1 ਅਕਤੂਬਰ ਨੂੰ ਹੋਵੇਗਾ ਘਰੇਲੂ ਗੈਸ ਦੀਆਂ ਨਵੀਆਂ ਕੀਮਤਾਂ ਦਾ ਨਿਰਧਾਰਨ, ਕੀਮਤ 60% ਤੱਕ ਵਧਣ ਦੀ ਸੰਭਾਵਨਾ ONGC। ਨੋਟੀਫਾਈਡ ਏਰੀਆ 'ਚ ਮਨਜ਼ੂਰੀ ਤੋਂ ਬਿਨਾਂ ਟਿਊਬਵੈੱਲ ਅਤੇ ਸਬਮਰਸੀਬਲ ਪੰਪ ਲਗਾਉਣ 'ਤੇ ਪਾਬੰਦੀ। ਕੇਂਦਰੀ ਕਰਮਚਾਰੀਆਂ ਨੂੰ ਅੱਜ ਮਿਲ ਸਕਦੀ ਖੁਸ਼ਖਬਰੀ, DA ਅਤੇ DR 'ਤੇ ਹੋ ਸਕਦਾ ਵੱਡਾ ਐਲਾਨ। ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਖੇਤੀ ਮੰਤਰੀ ਦਾ ਸੱਦਾ, ਅੰਦੋਲਨ ਖਤਮ ਕਰੋ, ਅਜਿਹਾ ਹਰ ਤਰ੍ਹਾਂ ਦੀ ਚਰਚਾ ਲਈ ਤਿਆਰ। ਤਾਂ ਦੋਸਤੋ, ਇਹ ਸੀਗੀਆਂ ਆਪਣੇ ਸਮੇਂ ਦੀਆਂ ਦੁਪਹਿਰ ਦੀਆਂ ਚੋਣਵੀਆਂ ਖਬਰਾਂ, ਅਤੇ ਹੁਣ ਗੱਲਬਾਤ ਕਰਾਂਗੇ ਜਿਹਨਾਂ ਖਬਰਾਂ ਦੀ ਵਿਸਤਾਰ ਨਾਲ। ਕਿਰਪਾ ਕਰਕੇ ਜਿਹਨਾਂ ਦੋਸਤਾਂ ਨੇ ਹਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਜ਼ਰੂਰ ਕਰ ਲੈਣ। ਅਤੇ ਜੇ ਸਾਡੇ ਤੋਂ ਜਾਣਕਾਰੀ ਤੁਹਾਨੂੰ ਵਧੀਆ ਲੱਗਦੀ ਹੈ ਤਾਂ ਕਿਰਪਾ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਜ਼ਰੂਰ ਕਰ ਦਿਆ ਕਰੋ, ਅਤੇ ਨਾਲ ਹੀ ਆਪਣੇ ਦੋਸਤਾਂ, ਮਿੱਤਰਾਂ, ਰਿਸ਼ਤੇਦਾਰਾਂ ਤੱਕ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕੀਤਾ ਜਾਵੇ। ਤਾਂ ਦੋਸਤੋ, ਗੱਲਬਾਤ ਕਰਦੇ ਹਾਂ ਜੀ ਪਹਿਲੀ ਵੱਡੀ ਖਬਰ ਦੀ ਕਿ ਪ੍ਰਕਾਸ਼ ਸਿੰਘ ਬਾਦਲ ਦੇ ਇਤਰਾਜ਼ ਤੋਂ ਬਾਅਦ ਸਿੰਗਲਾ ਨੇ SIT 'ਚੋਂ ਦਿੱਤਾ ਅਸਤੀਫਾ। ਕੋਟਕਪੁਰਾ ਗੋਲੀਕਾਂਡ ਮਾਮਲੇ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛਗਿੱਛ ਦੌਰਾਨ ਵਿਵਾਦ ਖੜ੍ਹਾ ਹੋਣ ਤੋਂ ਬਾਅਦ ਪੰਜਾਬ ਦੇ ਸਾਬਕਾ ਡਾਇਰੈਕਟਰ ਪ੍ਰੋਸੀਕਿਊਸ਼ਨ ਵਿਜੇ ਸਿੰਗਲਾ ਨੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਸਾਥ ਛੱਡ ਦਿੱਤਾ। ਉਹਨਾਂ ਨੇ ਇਸ ਲਈ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ। ਵਿਜੇ ਸਿੰਗਲਾ ਨੂੰ SIT ਵੱਲੋਂ ਮਾਹਰ ਦੇ ਤੌਰ 'ਤੇ ਆਪਣੇ ਨਾਲ ਲਿਆਇਆ ਗਿਆ ਸੀ। ਉਹ SIT ਵੱਲੋਂ ਜਾਂਚ ਦੌਰਾਨ ਕਾਨੂੰਨੀ ਪੇਚੀਦਗੀਆਂ ਅਤੇ SIT ਮੈਂਬਰਾਂ ਨੂੰ ਸਲਾਹ ਦਿੰਦੇ ਸਨ, ਪਰ ਹਾਲ ਹੀ 'ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛਗਿੱਛ ਕਰਨ ਪਹੁੰਚੀ SIT ਵਿੱਚ ਉਹਨਾਂ ਦੀ ਹਾਜ਼ਰੀ 'ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਤਰਾਜ਼ ਜਤਾਇਆ ਸੀ ਕਿ ਉਹਨਾਂ ਨੂੰ ਸਵਾਲ ਪੁੱਛਣ ਤੋਂ ਵੀ ਰੋਕਿਆ ਸੀ। ਦੇਸ਼ ਭਰ ਵਿੱਚ ਕਿਸਾਨਾਂ ਦਾ ਪ੍ਰਦਰਸ਼ਨ, ਅੱਜ ਚੰਡੀਗੜ੍ਹ ਕੂਚ ਕਰਨਗੇ 32 ਸੰਗਠਨ। ਖੇਤੀਬਾੜੀ ਕਾਨੂੰਨ ਰੱਦ ਕਰਨ ਦੀ ਮੰਗ ਲਈ ਪਿਛਲੇ 7 ਮਹੀਨੇ ਤੋਂ ਕਿਸਾਨ ਅੰਦੋਲਨ ਕਰ ਰਹੇ ਨੇ, ਤਾਂ ਕਿਸਾਨ ਅੱਜ ਦੇਸ਼ ਭਰ ਵਿੱਚ ਖੇਤੀਬਾੜੀ ਬਚਾਓ, ਲੋਕਤੰਤਰ ਬਚਾਓ ਦਿਨ ਮਨਾਉਣਗੇ। ਆਪਣੇ ਨਿਰਧਾਰਤ ਪ੍ਰੋਗਰਾਮ ਦੇ ਤਹਿਤ ਕਿਸਾਨ ਦੇਸ਼ ਦੇ ਸਾਰੇ ਸੂਬਿਆਂ ਦੇ ਰਾਜ ਭਵਨ 'ਤੇ ਧਰਨਾ ਪ੍ਰਦਰਸ਼ਨ ਕਰਨਗੇ, ਅਤੇ ਨਾਲ ਹੀ ਰਾਜਪਾਲ ਦੇ ਜ਼ਰੀਏ ਰਾਸ਼ਟਰਪਤੀ ਦੇ ਨਾਮ ਮੀਮੋ ਵੀ ਸੌਂਪਣਗੇ। ਅਤੇ ਕੁੰਡਲੀ ਬਾਰਡਰ ਸਮੇਤ ਹੋਰ ਧਰਨਾ ਸਥਾਨਾਂ ਤੋਂ 32 ਕਿਸਾਨ ਸੰਗਠਨ ਚੰਡੀਗੜ੍ਹ ਰਾਜ ਭਵਨ ਪਹੁੰਚਣਗੇ, ਅਤੇ ਉੱਥੇ ਹਰਿਆਣਾ ਪੰਜਾਬ ਦੇ ਕਿਸਾਨ ਵੱਖ ਵੱਖ ਮੀਮੋ ਦੇਣਗੇ। ਐਤਵਾਰ ਨੂੰ ਮੁਕੰਮਲ ਕਰਫਿਊ ਸਮੇਤ ਪੰਜਾਬ ਵਿੱਚ ਪਾਬੰਦੀਆਂ 30 ਜੂਨ ਤੱਕ ਵਧੀਆਂ। ਪੰਜਾਬ ਸਰਕਾਰ ਨੇ ਕੁਝ ਛੋਟਾਂ ਕਾਰਨ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਲਾਗੂ ਪਾਬੰਦੀਆਂ 30 ਜੂਨ ਤੱਕ ਵਧਾ ਦਿੱਤੀਆਂ ਨੇ, ਤਾਂ ਪਹਿਲਾਂ ਹੀ ਇਹ 25 ਜੂਨ ਤੱਕ ਲਾਗੂ ਸਨ। ਵਧੀਕ ਮੁੱਖ ਸਕੱਤਰ ਵੱਲੋਂ ਜਾਰੀ ਹੁਕਮ ਅਨੁਸਾਰ ਪਾਬੰਦੀਆਂ 'ਚ ਆਈਲੈਟਸ ਕੋਚਿੰਗ ਸੈਂਟਰਾਂ ਨੂੰ ਰਾਹਤ ਦਿੰਦੇ ਹੋਏ ਇਹਨਾਂ ਨੂੰ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ, ਪਰ ਇਹ ਸ਼ਰਤ ਰੱਖੀ ਗਈ ਹੈ ਕਿ ਸਾਰੇ ਬੱਚਿਆਂ ਅਤੇ ਸਟਾਫ ਨੂੰ ਵੈਕਸੀਨ ਦੀ 1-1 ਡੋਜ਼ ਲੱਗੀ ਹੋਣੀ ਚਾਹੀਦੀ ਹੈ। ਅਤੇ ਐਤਵਾਰ ਦਾ ਮੁਕੰਮਲ ਕਰਫਿਊ ਜ਼ਰੂਰੀ ਸੇਵਾਵਾਂ ਛੱਡ ਕੇ ਜਾਰੀ ਰਹੇਗਾ, ਅਤੇ ਬਾਰ ਅਹਾਤੇ ਪਾਬ ਵਿੱਦਿਅਕ ਅਦਾਰੇ ਬੰਦ ਰਹਿਣਗੇ, ਅਤੇ ਨਾਈਟ ਕਰਫਿਊ ਰਾਤ 8 ਵਜੇ ਤੋਂ ਸਵੇਰੇ 5 ਵਜੇ ਤੱਕ ਰਹੇਗਾ। ਅਤੇ AC ਬੱਸਾਂ 'ਚ 50% ਯਾਤਰੀ ਅਤੇ ਨੌਨ AC ਬੱਚਿਆਂ 'ਚ ਸਮਰੱਥਾ ਮੁਤਾਬਕ ਹੋਣਗੇ, ਪਰ ਕੋਈ ਯਾਤਰੀ ਖੜਾ ਨਹੀਂ ਹੋਵੇਗਾ। ਹੀਰੋ ਇਲੈਕਟ੍ਰਿਕ ਨੇ ਆਪਣੇ ਲੋਕਪ੍ਰਿਯ ਮਾਡਲਾਂ ਦੀਆਂ ਕੀਮਤਾਂ 33% ਤੱਕ ਘਟਾਈਆਂ। ਇਲੈਕਟ੍ਰਿਕ ਦੋਪਹੀਆ ਵਾਹਨ ਨਿਰਮਾਤਾ ਹੀਰੋ ਇਲੈਕਟ੍ਰਿਕ ਨੇ ਕਿਹਾ ਕਿ ਉਸ ਨੇ FAME II ਯੋਜਨਾ ਦੇ ਤਹਿਤ ਸਬਸਿਡੀ ਵਧਾਏ ਜਾਣ ਤੋਂ ਬਾਅਦ ਆਪਣੇ ਲੋਕਪ੍ਰਿਯ ਮਾਡਲਾਂ ਦੀਆਂ ਕੀਮਤਾਂ 33% ਤੱਕ ਘਟਾ ਦਿੱਤੀਆਂ ਨੇ, ਤਾਂ ਦੇਸ਼ ਵਿੱਚ ਇਲੈਕਟ੍ਰਿਕ ਵਾਹਨਾਂ ਦੇ ਨਿਰਮਾਣ ਨੂੰ ਤੇਜ਼ੀ ਨਾਲ ਬੜਾਵਾ ਦੇਣ ਦੀ ਸ਼ੁਰੂ ਕੀਤੀ ਗਈ ਫਾਸਟਰ ਅਡਾਪਸ਼ਨ ਐਂਡ ਮੈਨੂਫੈਕਚਰਿੰਗ ਆਫ ਇਲੈਕਟ੍ਰਿਕ ਵਹੀਕਲਸ ਨੀਤੀ 'ਚ ਸੋਧ ਤੋਂ ਬਾਅਦ ਕੰਪਨੀ ਨੇ ਕਿਹਾ ਕਿ ਉਹ ਇਸ ਦੇ ਮੁਤਾਬਕ ਗ੍ਰਾਹਕਾਂ ਨੂੰ ਕੀਮਤ ਨਾਲ ਜੁੜਿਆ ਲਾਭ ਦੇ ਰਹੀ ਹੈ, ਜਾਣੀ ਕਿ 33% ਜਿਹੜੀ ਕੀਮਤ ਇਲੈਕਟ੍ਰਿਕ ਵਾਹਨਾਂ ਦੀ ਘਟਾ ਦਿੱਤੀ ਗਈ ਹੈ। ਪੈਟਰੋਲ ਡੀਜ਼ਲ ਦੀਆਂ ਕੀਮਤਾਂ ਸੰਬੰਧੀ ਵੱਡੀ ਖਬਰ, 4 ਤੋਂ 5 ਰੁਪਏ ਤੱਕ ਦੀ ਹੋ ਸਕਦੀ ਹੈ ਕਟੌਤੀ, ਰਿਪੋਰਟ ਵਿੱਚ ਦਾਅਵਾ। ਜਿੱਥੇ ਇੱਕ ਪਾਸੇ ਕੋਰੋਨਾ ਨੇ ਲੋਕਾਂ ਦਾ ਰੁਜ਼ਗਾਰ ਖੋ ਕੇ ਉਹਨਾਂ ਦੀ ਆਰਥਿਕ ਹਾਲਤ ਨੂੰ ਕਮਜ਼ੋਰ ਕੀਤਾ, ਉੱਥੇ ਦੂਸਰੇ ਪਾਸੇ ਪੈਟਰੋਲ ਡੀਜ਼ਲ ਦੇ ਭਾਅ ਆਮ ਜਨਤਾ ਦੀ ਜੇਬ ਨੂੰ ਹੋਰ ਢਿੱਲਾ ਕਰ ਰਹੇ ਨੇ। ਜਿੱਥੇ ਜਨਤਾ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਘਟਾਉਣ ਲਈ ਸਰਕਾਰ ਤੋਂ ਆਸ ਲਾਈ ਬੈਠੇ ਨੇ, ਉੱਥੇ ਹੀ ਇਸ ਦੀਆਂ ਕੀਮਤਾਂ ਘਟਣ ਦੀ ਬਜਾਏ ਦਿਨੋ ਦਿਨ ਵੱਧ ਰਹੀਆਂ ਨੇ।
ਅਜਿਹੇ ਵਿੱਚ ਇੱਕ ਰਾਹਤ ਭਰੀ ਖਬਰ ਆ ਰਹੀ ਹੈ ਕਿ ਜਲਦੀ ਹੀ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿੱਚ ਗਿਰਾਵਟ ਦੇਖੀ ਜਾ ਸਕਦੀ ਹੈ। ਸ਼ਨਿਚਰਵਾਰ ਨੂੰ ਤੇਲ ਕੰਪਨੀਆਂ ਨੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਇਜ਼ਾਫਾ ਕੀਤਾ ਅਤੇ ਰੇਟਿੰਗ ਏਜੰਸੀ ਇਕਰਾ ਦਾ ਕਹਿਣਾ ਕਿ ਕੇਂਦਰ ਸਰਕਾਰ ਪੈਟਰੋਲ ਡੀਜ਼ਲ ਅਤੇ ਐਕਸਾਈਜ਼ ਡਿਊਟੀ ਨੂੰ 4 ਤੋਂ 5 ਰੁਪਏ ਪ੍ਰਤੀ ਲੀਟਰ ਤੱਕ ਦੀ ਕਟੌਤੀ ਕਰ ਸਕਦੀ ਹੈ। ਇਸ ਕਟੌਤੀ ਤੋਂ ਬਾਅਦ ਵੀ ਸਰਕਾਰ ਦੇ ਰੈਵੀਨਿਊ 'ਤੇ ਕੁਝ ਖਾਸ ਅਸਰ ਨਹੀਂ ਪਵੇਗਾ। ਇਕਰਾ ਨੇ ਦੱਸਿਆ ਕਿ ਪਹਿਲੇ ਸਾਲ ਟੈਕਸ ਦੀ ਕਟੌਤੀ ਕੀਤੀ ਗਈ ਸੀ ਪਰ ਖਪਤ ਘੱਟ ਰਹੀ ਸੀ, ਹੁਣ ਇਸ ਸਾਲ ਖਪਤ ਵਧਣ ਵਾਲੀ ਹੈ ਅਤੇ ਅਜਿਹੇ ਵਿੱਚ ਜੇਕਰ ਸਰਕਾਰ ਇਸ ਸਾਲ ਟੈਕਸ ਵਿੱਚ ਕੁਝ ਕਟੌਤੀ ਕਰ ਦਿੰਦੀ ਹੈ ਤਾਂ ਉਸਦਾ ਰੈਵੀਨਿਊ ਲਗਭਗ ਪਿਛਲੇ ਸਾਲ ਜਿੰਨਾ ਹੀ ਰਹੇਗਾ। ਉੱਥੇ ਜੇਕਰ ਦੂਸਰੇ ਪਾਸੇ ਟੈਕਸ ਵਿੱਚ ਕਟੌਤੀ ਨਹੀਂ ਹੁੰਦੀ ਤਾਂ ਖਪਤ ਵਧਣ ਦੇ ਨਾਲ ਨਾਲ ਸਰਕਾਰੀ ਖਜ਼ਾਨੇ 'ਚ ਜ਼ਿਆਦਾ ਰੈਵੀਨਿਊ ਆਵੇਗਾ। ਜਾਣੋ ਕਿਹੜੇ ਕਿਹੜੇ ਸੂਬਿਆਂ 'ਚ ਸਾਹਮਣੇ ਕਰੋਨਾ ਦੇ ਡੈਲਟਾ ਪਲੱਸ ਵੈਰੀਅੰਟ ਦੇ ਮਾਮਲੇ। ਦੇਸ਼ ਵਿੱਚ ਕਰੋਨਾ ਵਾਇਰਸ ਦੇ ਦੂਜੀ ਲਹਿਰ ਦੀ ਰਫ਼ਤਾਰ ਦੇ ਹੌਲੀ ਪੈਣ ਲੱਗੀ ਹੈ ਪਰ ਨਵਾਂ ਵੈਰੀਅੰਟ ਸਾਹਮਣੇ ਆਉਣ ਤੋਂ ਬਾਅਦ ਚਿੰਤਾ ਵੱਧ ਗਈ। ਪਿਛਲੇ ਦਿਨੀ ਦੇਸ਼ ਵਿੱਚ ਸਾਹਮਣੇ ਆਏ ਕਰੋਨਾ ਦੇ ਡੈਲਟਾ ਪਲੱਸ ਵੈਰੀਅੰਟ ਦੇ ਮਾਮਲਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਜਾਰੀ ਹੈ ਅਤੇ ਸਰਕਾਰ ਨੇ ਜਾਣਕਾਰੀ ਦਿੱਤੀ ਕਿ ਹੁਣ ਤੱਕ ਭਾਰਤ ਦੇ 18 ਜ਼ਿਲ੍ਹਿਆਂ ਵਿੱਚ ਕਰੋਨਾ ਡੈਲਟਾ ਪਲੱਸ ਵੈਰੀਅੰਟ ਦੇ 50 ਮਾਮਲੇ ਸਾਹਮਣੇ ਆ ਚੁੱਕੇ ਨੇ ਤਾਂ ਕਰੋਨਾ ਦੇ ਡੈਲਟਾ ਪਲੱਸ ਵੈਰੀਅੰਟ ਦੇ ਮਾਮਲੇ ਸਭ ਤੋਂ ਜ਼ਿਆਦਾ ਮਹਾਰਾਸ਼ਟਰ ਵਿੱਚ ਮਿਲੇ ਨੇ ਤਾਂ ਇੱਥੇ ਹੁਣ ਤੱਕ 20 ਮਾਮਲੇ ਮਿਲ ਚੁੱਕੇ ਨੇ ਜਦੋਂ ਕਿ ਮੱਧ ਪ੍ਰਦੇਸ਼ ਵਿੱਚ 7 ਮਰੀਜ਼ ਸਾਹਮਣੇ ਆਏ ਤਾਂ ਪੰਜਾਬ ਗੁਜਰਾਤ ਵਿੱਚ 2 ਕੇਰਲ ਵਿੱਚ 3 ਆਂਧਰਾ ਪ੍ਰਦੇਸ਼ ਵਿੱਚ 1 ਤਾਮਿਲਨਾਡੂ ਵਿੱਚ 9 ਉੜੀਸਾ ਵਿੱਚ 1 ਰਾਜਸਥਾਨ ਵਿੱਚ 1 ਜੰਮੂ ਅਤੇ ਕਰਨਾਟਕ ਵਿੱਚ 1-1 ਮਾਮਲੇ ਸਾਹਮਣੇ ਆ ਚੁੱਕੇ ਨੇ। ਸਿਰਫ 1099 ਰੁਪਏ ਵਿੱਚ ਕਰੋ ਹਵਾਈ ਜਹਾਜ਼ ਦੀ ਯਾਤਰਾ। ਜੀ ਹਾਂ ਦੋਸਤੋ, ਜੇ ਆਉਣ ਵਾਲੇ ਦਿਨਾਂ ਵਿੱਚ ਤੁਹਾਡੀ ਯਾਤਰਾ ਕਰਨ ਦੀ ਯੋਜਨਾ ਤਾਂ ਤੁਹਾਡੇ ਕੋਲ ਸਸਤੀ ਹਵਾਈ ਯਾਤਰਾ ਕਰਨ ਦਾ ਮੌਕਾ ਹੈ। ਘਰੇਲੂ ਏਅਰਲਾਈਨ ਵਿਸਤਾਰਾ ਮਾਨਸੂਨ ਸੈੱਲ ਲੈ ਕੇ ਆਈ ਹੈ ਅਤੇ ਵਿਸਤਾਰਾ ਸਾਰੀਆਂ ਕਲਾਸਾਂ ਵਿੱਚ ਛੂਟ ਦੀ ਪੇਸ਼ਕਸ਼ ਕਰ ਰਹੀ ਹੈ ਅਤੇ ਪੇਸ਼ਕਸ਼ ਦੇ ਤਹਿਤ ਇਕਨੋਮੀ ਕਲਾਸ ਦੀ ਕੀਮਤ 1099 ਰੁਪਏ, ਪ੍ਰੀਮੀਅਮ ਇਕਨੋਮੀ 2099 ਰੁਪਏ ਅਤੇ ਵਪਾਰਕ ਸ਼੍ਰੇਣੀ ਦੀ ਕੀਮਤ 6000 ਰੁਪਏ ਰੱਖੀ ਗਈ ਹੈ। ਵਿਸਤਾਰਾ ਨੇ ਇਹ ਵਿਕਰੀ 48 ਘੰਟੇ ਲਈ ਆਰੰਭ ਕੀਤੀ ਅਤੇ ਅੱਜ ਇਸ ਵਿਕਰੀ ਦਾ ਆਖਰੀ ਦਿਨ ਅਤੇ ਮਾਨਸੂਨ ਵਿਕਰੀ ਦੌਰਾਨ ਖਰੀਦੀਆਂ ਗਈਆਂ ਟਿਕਟਾਂ ਅਤੇ ਤੁਸੀਂ 1 ਅਗਸਤ ਤੋਂ 12 ਅਕਤੂਬਰ ਦੇ ਵਿਚਕਾਰ ਯਾਤਰਾ ਕਰ ਸਕਦੇ ਹੋ ਅਤੇ ਕੰਪਨੀ ਨੇ ਕਿਹਾ ਕਿ ਮਾਨਸੂਨ ਦਾ ਮੌਸਮ ਸ਼ੁਰੂ ਗਿਆ ਅਤੇ ਹੁਣ ਲੋਕ ਛੁੱਟੀਆਂ 'ਤੇ ਜਾਣਗੇ, ਇਸ ਲਈ ਜਿਹੜੀ ਟਿਕਟਾਂ ਵਿੱਚ ਕਟੌਤੀ ਕੀਤੀ ਗਈ ਹੈ। ਚੰਡੀਗੜ੍ਹ ਹੋ ਗਿਆ ਸੀਲ, ਕਿਸਾਨਾਂ ਦੇ ਮਾਰਚ ਕਰਕੇ ਪ੍ਰਸ਼ਾਸਨ ਨੂੰ ਭਾਜਣਾ। ਕਿਸਾਨਾਂ ਵੱਲੋਂ 26 ਜੂਨ ਯਾਨੀ ਕਿ ਅੱਜ ਚੰਡੀਗੜ੍ਹ ਸਥਿਤ ਗਵਰਨਰ ਹਾਊਸ ਵਿੱਚ ਮਾਰਚ ਕਰਨ ਦਾ ਐਲਾਨ ਕੀਤਾ ਗਿਆ ਅਤੇ ਉਹਨਾਂ ਦਾ ਕਹਿਣਾ ਕਿ ਉਹ ਹਰ ਹਾਲ ਵਿੱਚ ਰਾਜਪਾਲ ਭਵਨ ਤੱਕ ਪਹੁੰਚਣਗੇ। ਉੱਥੇ ਹੀ ਚੰਡੀਗੜ੍ਹ ਪ੍ਰਸ਼ਾਸਨ ਨੇ ਪੁਲਿਸ ਨੂੰ ਹੁਕਮ ਦਿੱਤੇ ਕਿ ਉਹ ਕਿਸਾਨ ਪ੍ਰੋਗਰਾਮ ਦੇ ਮੱਦੇਨਜ਼ਰ ਸ਼ਹਿਰ ਦੇ ਸਾਰੇ ਪ੍ਰਮੁੱਖ ਪ੍ਰਵੇਸ਼ ਨਿਕਾਸ ਸਥਾਨਾਂ ਨੂੰ ਸੀਲ ਕਰਨ ਅਤੇ ਹੁਕਮਾਂ ਮੁਤਾਬਕ 13 ਐਂਟਰੀ ਐਗਜ਼ਿਟ ਪੁਆਇੰਟ 26 ਜੂਨ ਨੂੰ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਬੰਦ ਰਹਿਣਗੇ ਤਾਂ ਪ੍ਰਸ਼ਾਸਨ ਨੇ ਇਲਾਕਾ ਨਿਵਾਸੀਆਂ ਨੂੰ ਉਹਨਾਂ ਦੇ ਘਰਾਂ 'ਚ ਰਹਿਣ ਦੀ ਅਪੀਲ ਕੀਤੀ ਅਤੇ ਯਾਤਰੀਆਂ ਨੂੰ ਐਮਰਜੈਂਸੀ ਦੀ ਸਥਿਤੀ ਵਿੱਚ ਕਿਸੇ ਵੀ ਪਰੇਸ਼ਾਨੀ ਤੋਂ ਬਚਣ ਲਈ ਬਦਲਵੇਂ ਰਸਤੇ ਇਸਤੇਮਾਲ ਕਰਨ ਲਈ ਕਿਹਾ ਗਿਆ। ਪੰਜਾਬ ਲਈ ਖਤਰੇ ਦੀ ਘੰਟੀ, ਹੋਰ ਡੂੰਘਾ ਹੋਇਆ ਬਿਜਲੀ ਸੰਕਟ। ਪੰਜਾਬ ਵਿੱਚ ਬਿਜਲੀ ਸੰਕਟ ਉਸ ਵੇਲੇ ਹੋਰ ਡੂੰਘਾ ਹੋ ਗਿਆ ਜਦੋਂ ਸ਼ੁੱਕਰਵਾਰ ਅਤੇ ਸ਼ਨਿਚਰਵਾਰ ਦੀ ਦਰਮਿਆਨੀ ਰਾਤ ਨੂੰ ਪ੍ਰਾਈਵੇਟ ਸੈਕਟਰ ਦੇ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦੇ 2ਵੇਂ ਯੂਨਿਟ ਤਕਨੀਕੀ ਨੁਕਸ ਪੈਣ ਕਾਰਨ ਬੰਦ ਹੋ ਗਏ ਅਤੇ ਰਾਤ 12 ਵਿੱਚ ਵੱਜ ਕੇ 13 ਮਿੰਟ 'ਤੇ ਬੰਦ ਹੋਏ ਦੱਸੇ ਜਾ ਰਹੇ ਨੇ ਤਾਂ 2ਵੇਂ ਯੂਨਿਟ 270 ਮੈਗਾਵਾਟ ਸਮਰੱਥਾ ਦੇਣੇ। ਇਸ ਤੋਂ ਪਹਿਲਾਂ ਤਲਵੰਡੀ ਸਬ ਪਲਾਂਟ ਤੱਕ 660 ਮੈਗਾਵਾਟ ਦਾ ਯੂਨਿਟ ਪਹਿਲਾਂ ਤੋਂ ਹੀ ਮਾਰਚ ਤੋਂ ਬੰਦ ਪਿਆ ਹੈ ਅਤੇ ਰੋਪੜ ਸਥਿਤ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ 5 ਨੰਬਰ ਯੂਨਿਟ 24 ਜੂਨ ਨੂੰ ਸ਼ਾਮ 4 ਵਜੇ ਟਿਊਬ ਲੀਕੇਜ ਕਾਰਨ ਬੰਦ ਹੋ ਗਿਆ ਅਤੇ ਪੰਜਾਬ ਵਿੱਚ ਇਸ ਵੇਲੇ ਸਿਰਫ ਰਾਜਪੁਰਾ ਥਰਮਲ ਪਲਾਂਟ ਹੈ ਜੋ ਅਪ੍ਰੈਲ ਮਹੀਨੇ ਤੋਂ ਲਗਾਤਾਰ ਬਿਜਲੀ ਸਪਲਾਈ ਕਰ ਰਿਹਾ ਅਤੇ ਪੂਰੀ ਸਮਰੱਥਾ 'ਤੇ ਚੱਲ ਰਿਹਾ। ਇਸ ਪਲਾਂਟ 'ਤੇ ਪੰਜਾਬ ਦਾ ਵੱਡਾ ਭਾਰ ਪਿਆ ਹੋਇਆ ਹੈ। 1 ਅਕਤੂਬਰ ਨੂੰ ਹੋਵੇਗਾ ਘਰੇਲੂ ਗੈਸ ਦੀਆਂ ਨਵੀਆਂ ਕੀਮਤਾਂ ਦਾ ਨਿਰਧਾਰਨ। ਕੀਮਤ 60% ਤੱਕ ਵਧਣ ਦੀ ਸੰਭਾਵਨਾ ONGC। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਨੈਚੁਰਲ ਗੈਸ ਦੀਆਂ ਕੀਮਤਾਂ 'ਚ ਤੇਜ਼ੀ ਦਾ ਰੁੱਖ ਹੈ ਅਤੇ ਇਸ ਦਾ ਅਸਰ ਜਲਦੀ ਹੀ ਘਰੇਲੂ ਖਣ ਖੇਤਰਾਂ ਤੋਂ ਉਤਪਾਦਿਤ ਗੈਸ 'ਤੇ ਵਿਖਾਈ ਦੇਵੇਗਾ। ਸਰਕਾਰ ਵੱਲੋਂ ਇਸ ਸਾਲ 1 ਅਕਤੂਬਰ ਨੂੰ ਘਰੇਲੂ ਗੈਸ ਦੀਆਂ ਨਵੀਆਂ ਕੀਮਤਾਂ ਦਾ ਨਿਰਧਾਰਨ ਹੋਵੇਗਾ ਅਤੇ ਤੇਲ ਗੈਸ ਖਣ ਖੇਤਰ ਦੀ ਸਭ ਤੋਂ ਵੱਡੀ ਸਰਕਾਰੀ ਕੰਪਨੀ ਆਇਲ ਐਂਡ ਨੈਚੁਰਲ ਗੈਸ ਕਾਰਪੋਰੇਸ਼ਨ ਨੇ ਕਿਹਾ ਕਿ ਇਸ ਵਾਰ 'ਤੇ ਇਹਨਾਂ ਦੀਆਂ ਕੀਮਤਾਂ 'ਚ 60% ਦੇ ਵਾਧਾ ਲਗਭਗ ਤੈਅ ਹੈ ਅਤੇ ONGC ਦੇ CMD ਸੁਭਾਸ਼ ਕੁਮਾਰ ਨੇ ਆ ਕੰਪਨੀ ਦੇ ਸਾਲਾਨਾ ਵਿੱਤੀ ਨਤੀਜਿਆਂ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਜਨਵਰੀ ਮਾਰਚ 2021 'ਚ ONGC ਨੇ $58.5 ਪ੍ਰਤੀ ਬੈਰਲ ਦੀ ਦਰ ਨਾਲ ਕਰੂਡ ਆਇਲ ਯਾਨੀ ਕਿ ਕੱਚੇ ਤੇਲ ਦੀ ਵਿਕਰੀ ਕੀਤੀ ਹੈ ਅਤੇ ਇਸ ਨਾਲ ਜਿਹੜਾ ਆਉਣ ਵਾਲੇ ਟਾਈਮ ਵਿੱਚ 60% ਤੱਕ ਦੀ ਜਿਹੜੀ 60% ਤੱਕ ਦੀਆਂ ਜਿਹੜੀਆਂ ਘਰੇਲੂ ਗੈਸਾਂ ਤੱਕ ਵਾਧਾ ਹੋ ਸਕਦਾ ਹੈ। ਨੋਟੀਫਾਈਡ ਏਰੀਆ 'ਚ ਮਨਜ਼ੂਰੀ ਤੋਂ ਬਿਨਾਂ ਟਿਊਬਵੈੱਲ ਅਤੇ ਸਮਰਸੀਬਲ ਪੰਪ ਲਗਾਉਣ 'ਤੇ ਪਾਬੰਦੀ। ਜੀ ਹਾਂ ਦੋਸਤੋ, ਜ਼ਿਲ੍ਹਾ ਮੈਜਿਸਟ੍ਰੇਟ ਸ਼ਹੀਦ ਭਗਤ ਸਿੰਘ ਨਗਰ ਡਾਕਟਰ ਸੇਨ ਅਗਰਵਾਲ ਨੇ ਫੌਜਦਾਰੀ ਜ਼ਾਬਤਾ ਸੰਗਤਾਂ
1973 की धारा 144 अधीन प्राप्त हुए अधिकारों की वरतों करते नोटिफाइड एरिया जाने के ब्लाक और बंगा में मंजूरी तो बिना ट्यूबवैल समर्सीबल पंप लाने से पाबंदी लगाने के हुक्म जारी किए हैं। जारी हुक्म में कहा गया है कि जेकर किसी ने सेंट्रल ग्राउंड वाटर अथॉरिटी की हदायत अनुसार प्रमाणित कामों में ट्यूबवैल समर्सीबल लगवाना है तो वह NOC लिए उन्हें दफ्तर में अप्लाई करके मंजूरी प्राप्त करेगा तो फिर ही जो अपने खेत में ट्यूबवैल लगा सकेगा। जाने कि सीधा सीधा जोड़ा ये कब्जा सरकार का हो चुका है। केंद्रीय कर्मचारियों को अज मिल सकती है खुशखबरी। DA ते DER हो सकता है वड्डा ऐलान। अज 53 केंद्रीय सरकार के कर्मचारियों 60 लाख पेनशन लिए एक वड्डा दिन। 7वें तनखा कमीशन अधीन पेनशन DA के बकाए और DR की अदायगी संबंधी अज एक मीटिंग हो जा रही है। पत्ते जाने कि DA महंगाई राहत बहाल करने बारे बैठक में एक वड्डा फैसला लिया जा सकता है। तो वित्त मंत्रालय के सीनियर अधिकारी भी इस बैठक में हिस्सा लेंगे। तो जल्द ही इसका जरा शाम तक पता लग जाएगा कि केंद्रीय कर्मचारियों की तनखा कितनी बढ़ रही है तो उन्होंने जी तनखा में कितना क वाधा जोड़ा अज उन्होंने DA में कितना क वाधा होगा। किसानों के विरोध प्रदर्शन खेती मंत्री का सदा अंदोलन खत्म करो, असं हर तरह की चर्चा लिए हाँ तैयार आ। केंद्रीय खेतीबाड़ी मंत्री नरेंद्र सिंह तोमर ने खेती कानून खिलाफ विरोध प्रदर्शन कर रहे किसानों अपील की है कि अंदोलन को खत्म करना। सरकार हर तरह की गलबात तैयार है। उन्होंने कहा कि असं इन कानून के शंकिया से विचार करने तैयार हाँ। तोमर ने कहा कि भारत सरकार कानून के किसी भी प्रबंध से गल करने तैयार है। इसका हल भी वह तैयार है। दस दिए कि संघर्ष के 7 महीने पूरे उत्ते किसान अज पूरे मुल्क विरोध प्रदर्शन कर रहे हैं। इस दौरान सूबे के राज्यपालों को मंग पत्र दिए जा रहे हैं। तो इन्होंने विरोध प्रदर्शन दौरान खेती मंत्री ने कहा कि सरकार 11 दौर की गलबात कर चुकी है। हालांकि देश की वड्डी गिनती किसान कानूनों के हक में है पर फिर भी सरकार कानूनों का विरोध कर रहे किसानों के शंके दूर करने तैयार है। उन्हें कहा कि यह कानून किसानों के लिए भले हैं। देश की वड्डी गिनती किसान इन कानूनों के हक में हैं तो यह किसानों के हित लिए ही बनाए गए हैं। दोस्तों हम वेखना यह होगा कि केंद्र सरकार कदों तक जो इन खेती कानूनों रद्द करती है। तो अपने जो विचार है वो साढ़े नाल जरूर साझे करना। तो दोस्तों ऐसियां अपनियां अज समय दियां वड्डियां खबरें इसे नाल ही अपनियां होंदियां खबरां खत्म होंदियां ने। मिलांगे नवीं ते ताज़ा खबरों नाल। हुंदे लई इन्ना ही धन्नवाद। सत श्री अकाल।